ਬਹੁਤ ਪਿਆਰੇ ਬੋਲ ਤੁਸੀਂ ਸੁਣ ਚੁੱਕੇ ਹੋ, ਉਸਾਰੀ ਦੇ ਬੋਲ ਵੀ ਸੁਣ ਚੁੱਕੇ ਹੋ, ਔਰ ਇਹ ਉਸਾਰੀ ਚੱਲਦੀ ਰਹਿਣੀ ਚਾਹੀਦੀ ਹੈ। ਮੈਂ ਇੰਨਾ ਸਤਿਕਾਰ ਕਰਦਾ ਹਾਂ ਸਰਦਾਰ ਬੁੱਧ ਸਿੰਘ ਜੀ ਹੋਰਾਂ ਦਾ, ਪੁਰਾਣੇ ਰਿਸ਼ੀਆਂ ਦਾ ਵੀ ਇੰਨਾ ਨਹੀਂ ਕਰਦਾ, ਜੋ ਇਹਨਾਂ ਨੇ ਚੰਨਣ ਦਾ ਚਾਨਣ ਦਾ ਬੂਟਾ ਇੱਥੇ ਲਾਇਆ ਹੈ, ਇਹਦੀ ਸੁਗੰਧ ਅਤੇ ਇਹਦੀ ਰੌਸ਼ਨੀ ਤੁਹਾਡੀਆਂ ਕਾਲਖਾਂ ਧੋ ਸਕੇ, ਇਹ ਮੇਰੀ ਬੇਨਤੀ ਹੈ, ਮੇਰੀ ਪ੍ਰਾਰਥਨਾ। ਅਗਲੀ ਗੱਲ ਮੈਂ ਸਿੱਖ ਕੌਮ ਬਾਰੇ, ਪੰਜਾਬੀਅਤ ਬਾਰੇ ਕਰਨੀ ਚਾਹੁੰਦਾ। ਪੰਜਾਬ ਕਿੱਥੇ ਖੜ੍ਹਾ ਹੈ ਤੁਸੀਂ ਕਦੇ ਅਹਿਸਾਸ ਨਹੀਂ ਕੀਤਾ ਹੋਣਾ। ਜੇ ਪੰਜਾਬ ਜਿਉਂਦਾ ਜਾਗਦਾ ਰਹਿੰਦਾ, ਰੱਜਿਆ ਪੁੱਜਿਆ ਰਹਿੰਦਾ, ਤਾਂ 47 ਤੋਂ ਬਾਅਦ ਸਾਡੀਆਂ ਵਹੀਰਾਂ ਬਾਹਰਲੇ ਦੇਸ਼ਾਂ ਨੂੰ ਕਦੇ ਨਾ ਜਾਂਦੀਆਂ। ਉੱਥੇ ਕਿਉਂ ਜਾਣਾ ਪਿਆ ਇਹ ਕਦੇ ਕਿਸੇ ਤੁਸੀਂ ਲੋਕਾਂ ਨੇ ਸੋਚਿਆ ਨਹੀਂ, ਕਦੇ ਕਿਸੇ ਲੈਕਚਰਾਰ ਨੇ, ਕਿਸੇ ਰਾਜਸੀ ਪਾਰਟੀ ਨੇ ਇਹ ਗੱਲ ਅੱਗੇ ਲਿਆ ਕੇ ਰੱਖੀ ਨਹੀਂ। ਉਹ ਇੱਕ ਮਜਬੂਰੀ ਸੀ, ਜਿਉਂਦੇ ਰਹਿਣ ਲਈ ਬਾਹਰ ਜਾਣਾ ਪਿਆ, ਖਾਸ ਤੌਰ 'ਤੇ ਦੁਆਬੇ ਦੇ ਲੋਕਾਂ ਨੂੰ। ਉਹਨਾਂ ਦੀ ਰੀਸੇ ਮਗਰੋਂ ਮਾਝਾ ਅਤੇ ਮਾਲਵਾ ਵੀ ਨਾਲ ਤੁਰਦਾ ਹੋ ਗਿਆ। ਅੱਜ ਤੀਜਾ ਹਿੱਸਾ ਪੰਜਾਬ ਦਾ ਬਾਹਰ ਬੈਠਾ, ਖਾਸ ਤੌਰ 'ਤੇ ਨੌਜਵਾਨੀ ਬੈਠੀ ਹੈ। ਮੈਨੂੰ ਸਭ ਤੋਂ ਵੱਡਾ ਜਿਹੜਾ ਅਫਸੋਸ ਹੈ ਉਹ ਇਹ ਹੈ ਕਿ ਸਾਡੇ ਡਾਕਟਰ, ਸਾਡੇ ਇੰਜੀਨੀਅਰ, ਸਾਡੇ ਸਾਇੰਟਿਸਟ ਉਹਨ ਵੀ ਵੱਡੀਆਂ ਤਨਖਾਹਾਂ ਲਈ ਬਾਹਰ ਚਲੇ ਗਏ, ਜਿਨ੍ਹਾਂ ਨੇ ਸਾਡੀ ਗਰੀਬੀ ਧੋਣੀ ਸੀ। ਬਹੁਤ ਅਫਸੋਸ ਦੀ ਗੱਲ ਹੈ। ਮੈਂ ਸਮਝਦਾ ਕਿ ਇਹ ਗੱਲ ਸਾਡੇ ਇੰਸਟੀਚਿਊਟ, ਸਾਡੇ ਕਾਲਜ, ਇਹਦੇ ਪ੍ਰਬੰਧਕ ਆਪਣੇ ਵਿਦਿਆਰਥੀਆਂ ਦੇ ਦਿਮਾਗ 'ਚ ਇਹ ਗੱਲ ਪਾਉਣ ਕਿ ਇਸ ਨੂੰ ਕੰਗਾਲ ਕਰਕੇ ਤੁਸੀਂ ਆਪਣੀ ਕੌਮੀਅਤ ਖਤਮ ਕਰ ਲਓਗੇ, ਪੰਜਾਬੀਅਤ ਖਤਮ ਹੋ ਜਾਏਗੀ। 63 ਲੱਖ ਬਾਹਰਲੇ ਬੰਦੇ ਪੰਜਾਬ 'ਚ ਆ ਚੁੱਕੇ ਆ, ਯੂਪੀ ਬਿਹਾਰ। ਉਹਨਾਂ ਦੀ ਮਜਬੂਰੀ ਹੈ, ਜੇ ਉਹਨਾਂ ਨੂੰ ਉੱਥੇ ਰੋਟੀ ਮਿਲਦੀ ਹੁੰਦੀ ਉਹਨਾਂ ਇੱਥੇ ਨਹੀਂ ਸੀ ਆਉਣਾ, ਉਹਨਾਂ ਦੀ ਮਜਬੂਰੀ ਹੈ, ਉਹ ਰੋਟੀ ਖਾਣ ਆਏ ਆ। ਇਹਦੇ ਨਾਲ ਇਤਿਹਾਸਿਕ ਪਰਿਸਥਿਤੀ ਬਦਲਦੀ ਹੈ, ਔਰ 3.5 ਲੱਖ ਵੋਟ ਇਕੱਲੇ ਲੁਧਿਆਣੇ ਵਿੱਚ ਹੈ। ਅਗਲੀ ਵਾਰ ਤੁਸੀਂ ਜ਼ੋਰ ਲਾ ਲਿਓ ਰਾਜਸੀ ਪਾਰਟੀਆਂ ਵਾਲਿਓ, MP ਉਹਨਾਂ ਦਾ ਹੋਏਗਾ, ਹੋਰ ਬਥੇਰੇ ਥਾਈਂ ਉਹਨਾਂ ਦਾ ਅਸਰ ਪਏਗਾ। ਔਰ 63 ਲੱਖ ਉਹ ਆ ਗਏ ਆ, ਸਾਡੇ ਤੀਜਾ ਹਿੱਸਾ ਬਾਹਰ ਜਾ ਚੁੱਕੇ ਆ, ਔਰ ਹੋਰ ਜਾਣ ਨੂੰ ਤਿਆਰ ਹੈ। 10 ਲੱਖ ਲੈ ਲਓ, 15 ਲੱਖ ਲੈ ਲਓ, ਔਰ ਉਹ ਰੋਮ ਸਾਗਰ 'ਚ ਡੁੱਬਣ ਲਈ ਵੀ ਤਿਆਰ ਹੈ। ਬਹਿਰਾ ਖਲੀਜ ਬਰਤਾਨੀਆ ਦੇ ਵਿੱਚ ਡੁੱਬੇ ਆ, ਔਰ ਵੱਡੇ ਟਰੱਕ ਜਿਹੜੇ ਸੀ ਉਹਨਾਂ ਵਿੱਚ ਦਮ ਘੁੱਟ ਕੇ ਮਰੇ ਆ, ਲੇਕਿਨ ਬਾਹਰ ਜਾਣਾ ਨਹੀਂ ਛੱਡਿਆ, ਕਿਉਂਕਿ ਭੁੱਖ ਨੇ ਇੱਥੋਂ ਤੱਕ ਕਿ ਦਿਮਾਗ 'ਚ ਚੜ ਗਈ ਹੈ। ਜਿਸ ਪਰਿਸਥਿਤੀ ਵਿੱਚ ਅੱਜ ਸਿੱਖ ਕੌਮ ਆ ਗਈ ਹੈ, ਇਹ ਤੁਸੀਂ ਆਪ ਨਹੀਂ, ਤੁਹਾਨੂੰ ਲਿਆਂਦਾ ਗਿਆ ਹੈ। ਕਿਉਂ? ਇਸ ਲਈ ਜਦ ਐਡਾ ਵੱਡਾ ਰਾਜ ਆਇਆ ਨਹਿਰੂ ਅੱਗੇ, ਤਾਂ ਉਹਨੇ ਕਿਹਾ ਅਸ਼ੋਕ ਦੇ ਸਮੇਂ ਵੀ ਐਡਾ ਵੱਡਾ ਰਾਜ ਨਹੀਂ ਸੀ ਜਿੰਨਾ ਹੁਣ ਸਾਨੂੰ ਮਿਲਿਆ ਹੈ। ਅਗਲਿਆਂ ਕਿਹਾ ਇਹ ਟੁੱਟ ਵੀ ਸਕਦਾ ਹੈ, ਉਹ ਕਹਿੰਦਾ ਤੋੜੇਗਾ, ਜੇ ਤੋੜੇਗਾ ਤਾਂ ਉਹ ਪੰਜਾਬ ਵਾਲੇ ਤੋੜਨਗੇ, ਇਹਨਾਂ ਨੂੰ ਬਗਾਵਤ ਕਰਨ ਦੀ ਆਦਤ ਆ। ਔਰ ਇਹ ਮਾਰ ਪਈ ਪੰਜਾਬ ਨੂੰ ਕਿ ਪੰਜਾਬ ਨੂੰ ਜੇ ਮਾਰੋਗੇ, ਇਹਨਾਂ ਦਾ ਕਤਲਾਮ ਕਰੋਗੇ, ਹਰੀੜੇ ਦੇ ਕਤਲਾਮ ਵਾਂਗ, ਨਾਦਰ ਸ਼ਾਹ ਦੀਆਂ ਕਤਲਾਵਾਂ ਵਾਂਗ, ਇਹ ਉਭਰੇ ਹੈ, ਇਹ ਮਰੇ ਨਹੀਂ। ਸੋਚ ਸੋਚ ਕੇ ਉਹਦੇ ਨੀਤੀਵਾਨਾਂ ਨੇ ਕਿਹਾ ਇਹਨਾਂ ਨੂੰ ਆਰਥਿਕ ਪੱਖੋਂ ਮਾਰ ਦਿਓ, ਇਹ ਉੱਠਣ ਜੋਗੇ ਨਹੀਂ ਰਹਿਣਗੇ, ਇਹਨਾਂ ਦਾ ਧਰਮ ਵੀ ਨਾਲ ਭ੍ਰਿਸ਼ਟ ਹੋ ਜਾਏਗਾ। ਔਰ ਉਹ ਹੋਇਆ, ਤੁਹਾਡੇ ਸਾਹਮਣੇ ਹੋਇਆ। ਕੁਝ ਚਾਨਣ ਸ਼ੁਆਂ ਜਿਵੇਂ ਇੱਥੇ ਇੱਕ ਰੌਸ਼ਨੀ ਦੀ ਮਿਸਾਲ ਗੱਡੀ ਹੈ ਸਰਦਾਰ ਬੁੱਧ ਸਿੰਘ ਜੀ ਹੋਰਾਂ ਨੇ, ਔਰ ਇਹਦੇ ਨਾਲ ਹੋਰ ਇੱਕ ਗਿਆਨ ਦੇਣ ਦੀ ਲੋੜ ਹੈ ਕਿ ਤੁਹਾਡਾ ਪੰਜਾਬ ਖੁਰਦਾ ਹੈ, ਇਹਨੂੰ ਬਚਾਉਣ ਦਾ ਵੀ ਉਪਰਾਲਾ ਕਰਨਾ ਹੈ, ਔਰ ਯਕੀਨੀ ਤੌਰ 'ਤੇ ਖੁਰਦਾ ਔਰ ਖੁਰ ਜਾਣਾ ਇਸ ਨੇ। ਜਿਸ ਢੰਗ ਨਾਲ
ਸਾਡੇ ਭਰਾ ਦਿੱਲੀ ਦੀ ਪੂਜਾ ਕਰਦੇ ਆ, ਉੱਥੋਂ ਗੱਦੀਆਂ ਮਿਲਦੀਆਂ। ਇੱਕ ਗੱਲ ਮਾਫ ਕਰਨਾ ਕਹਿਣਾ ਜ਼ਰੂਰ ਚਾਹੁੰਦਾ, ਪਰ ਪਾਰਟੀਬਾਜ਼ੀ ਦੇ ਤੌਰ 'ਤੇ ਮੈਨੂੰ ਨਾ ਸਮਝਿਆ ਜਾਵੇ। ਨਹਿਰੂ ਨੇ ਸੱਦਿਆ ਕੈਰੋਂ ਸਾਹਿਬ ਨੂੰ, ਉਹ ਭਾਈ ਕੈਰੋਂ ਦੇਖ ਤੂੰ ਸਿਆਣਾ ਬੰਦਾ ਹੈ, ਅਮਰੀਕਾ 'ਚ ਪੜ੍ਹ ਲਿਖ ਕੇ ਆਇਆ, ਨਾ ਸਤਪਾਲ ਤੋਂ ਪੰਜਾਬ ਸੂਤ ਆਉਂਦਾ ਅਤੇ ਨਾ ਵਡੋਕ ਭਾਰਗੋ ਤੋਂ ਆਉਂਦਾ, ਤੂੰ ਗੱਦੀ ਸਾਂਭ। ਅਤੇ ਇਹ ਅਕਾਲੀ ਬੜਾ ਦੁੱਖ ਦਿੰਦੇ ਆਦਾ, ਉਹ ਆਦਾ ਜੀ ਮੈਂ ਇਹਨਾਂ ਦੇ ਵੱਟ ਕੱਢ ਦੂੰ। ਲਓ ਜੀ, ਮਗਰੋਂ ਨਾਲ ਪੜੋਸ ਕੇ ਕਿਹਾ, ਉਹ ਕਹਿਰੋਂ ਭਰਾ ਆਹ ਤੇਰੇ ਭਰਾ ਰਾਜਸਥਾਨ ਵਾਲੇ ਪਾਣੀ ਅਲੀਓਂ ਧਿਆਏ ਮਰਦੇ ਆ ਅਤੇ ਪਾਣੀ ਪਾਕਿਸਤਾਨ ਨੂੰ ਤੁਰਿਆ ਜਾਂਦਾ। ਲਓ ਜੀ, ਗੱਲ ਕਿਹੜੀ ਆ, ਬੰਨ ਮਾਰਦੇ ਆ ਦੋ ਦਰਿਆ ਉੱਧਰ ਖੜਦੇ ਬਗੈਰ ਮੁਆਵਜ਼ੇ ਦੇ, ਔਰ ਜੋ ਸੰਧੀ ਹੋਈ ਹੈ ਉਹਦੇ 'ਚ ਕੋਈ ਇਹ ਨਹੀਂ ਕਿ 6 ਮਹੀਨੇ ਸਾਲ 10 ਸਾਲ ਬਾਅਦ ਮੁੜ ਕੇ ਨਜ਼ਰਸਾਨੀ ਕੀਤੀ ਜਾਏਗੀ ਕਿ ਪਾਣੀ ਜਿਹੜਾ ਹੈ ਇਹ ਮੁਫਤੀ ਚਲਾ ਜਾਂਦਾ ਜੀ। ਤੁਸੀਂ ਪਲਾਈ ਮੰਗਾ ਲਓ, ਤੁਸੀਂ ਕੋਲਾ ਮੰਗਾ ਲਓ, ਲੋਹਾ ਮੰਗਾ ਲਓ, 25% ਤੋਂ ਲੈ ਕੇ 35% ਡਿਊਟੀ ਦੇਣੀ ਪੈਂਦੀ ਹੈ, ਉਹ ਰਿਆਸਤਾਂ ਨੂੰ ਜਾਂਦੀ ਹੈ, ਤੁਹਾਡਾ ਪਾਣੀ ਮੁਫਤ 'ਚ ਹੀ ਚੁਰਿਆ ਜਾਂਦਾ, ਚਾਹੇ ਉਹਨੂੰ ਚਾਂਦੀ ਕਹਿ ਲਓ ਚਾਹੇ ਉਹਨੂੰ ਸੋਨਾ ਕਹਿ ਲਓ। ਕਿਸੇ ਨੇ ਇਹ ਗੱਲ ਨਹੀਂ ਸੋਚੀ ਗੱਦੀਆਂ ਪਿੱਛੇ ਇਹ ਸਭ ਕੁਛ ਦੇ ਦਿੱਤਾ, ਅੱਜ ਵੀ ਦਿੱਤਾ ਜਾ ਰਿਹਾ, ਕੋਈ ਰੋਕਣ ਵਾਲਾ ਨਹੀਂ। ਮੈਂ ਇਸ ਗੱਲ ਤੋਂ ਸੰਕੋਚ ਕਰਨਾ ਚਾਹੁੰਦਾ, ਕਿਤੇ ਹੋਰ ਥਾਂ ਲਿਖ ਲੂੰਗਾ, ਲੇਕਿਨ ਇਸ ਸੰਸਥਾ ਦੀ ਏਕਤਾ ਜਿਹੜੀ ਹੈ, ਜੋ ਇਹਦਾ ਮਿਸ਼ਨ ਹੈ, ਜੋ ਇਹਦਾ ਆਦਰਸ਼ ਹੈ, ਉਸ ਨੂੰ ਸਿਰੇ ਚਾੜਨ ਲਈ ਤੁਸੀਂ ਜ਼ੋਰ ਲਾਓ, ਬਾਹਾਂ ਦਾ ਵੀ, ਜਿੱਥੇ ਕਿਸੇ ਕੋਲ ਪੈਸਾ ਪੈਸੇ ਦਾ ਵੀ, ਸੇਵਾ ਨਾਲ ਸੇਵਾ ਦਾ ਵੀ, ਕਿਉਂਕਿ ਇਹ ਜਗ ਦੀ ਮਿਸਾਲ ਘੱਟੋ ਘੱਟ ਸਿਰਾਂ ਦਾ ਹਨੇਰਾ ਚੁੱਕ ਰਹੀ ਹੈ। ਜੇ ਸਾਡੇ ਸਿਰਾਂ ਦਾ ਹਨੇਰਾ ਚੁੱਕਿਆ ਜਾਏਗਾ ਸ਼ਾਇਦ ਵਸਦੇ ਰਹਿ ਜਾਈਏ, ਵਰਨਾ ਵਸਣ ਦੀ ਕੋਈ ਤਦਬੀਰ ਮੇਰੇ ਸਾਹਮਣੇ ਨਹੀਂ ਆਉਂਦੀ। ਕਿਸੇ ਰਾਜਸੀ ਪਾਰਟੀ ਨੇ, ਕਿਸੇ ਵੀ ਰਾਜਸੀ ਪਾਰਟੀ ਨੇ, ਸਰਕਾਰ ਨੇ ਤਾਂ ਕੀ ਕਰਨਾ ਹੈ ਕਿ ਪੰਜਾਬ ਇਹ ਲੋਕ ਬਚਦਾ, ਪੰਜਾਬ ਹੀ ਨਹੀਂ ਬਚਦਾ ਰਿਹਾ, ਪੰਜਾਬ ਖੁਰ ਰਿਹਾ ਬਰਫ ਦੀ ਡਲੀ ਵਾਂਗੂ, ਹੋਰ ਜਾਣ ਨੂੰ ਤਿਆਰ ਬੈਠੇ ਬਾਹਰ। ਸਾਡੇ ਮੁੰਡਿਆਂ ਨੂੰ ਵਿਹਲ ਨਹੀਂ ਮਿਲੀ ਅਤੇ ਨਸ਼ੇ ਖਾਣ ਸ਼ੁਰੂ ਕਰਤੇ, ਜਵਾਨੀ ਉੱਧਰ ਲੁੜਕ ਗਈ, ਕੁਛ ਸਮੁੰਦਰਾਂ 'ਚ ਡੁੱਬ ਗਈ, ਕੁਛ ਬਾਹਰ ਚਲੀ ਗਈ। ਜਿਹੜੇ ਬਾਹਰ ਚਲੇ ਗਏ ਉਹਨਾਂ ਬਾਰੇ ਮੈਂ ਇੱਕ ਗੱਲ ਇੱਥੇ ਠੋਕ ਕੇ ਕਹਿਣਾ ਚਾਹੁੰਦਾ, ਤੁਸੀਂ ਉੱਥੇ ਜਾ ਕੇ ਬਹੁਤ ਵੱਡੇ ਕਾਰੋਬਾਰ ਕੀਤੇ ਆ, ਲੱਖਾਂ ਡਾਲਰ ਤੁਸੀਂ ਕਮਾਏ ਆ, ਬੜੇ ਇੱਜ਼ਤਦਾਰ ਬਣ ਗਏ ਹੋ। ਇੱਕ ਗੱਲ ਯਾਦ ਰੱਖੋ, ਜਦ ਯਹੂਦੀ ਆਪਣੇ ਫਲਸਤੀਨ 'ਚੋਂ ਨਿਕਲੇ ਸੀ, ਉਹਨਾਂ ਇੰਨਾ ਧਨ ਕਮਾਇਆ ਸੀ ਤੁਸੀਂ ਸੋਚ ਹੀ ਨਹੀਂ ਸਕਦੇ, ਲੇਕਿਨ ਉਹਨਾਂ ਦੇ ਧਨ ਦਾ ਜਿਹੜਾ ਹਸ਼ਰ ਹਿਟਲਰ ਨੇ ਕੀਤਾ ਗੈਸ ਚੈਂਬਰਾਂ 'ਚ ਦੇ ਕੇ ਲੱਖਾਂ ਦੀ ਤਾਦਾਦ ਵਿੱਚ, ਉਹ ਤੁਹਾਨੂੰ ਯਾਦ ਨਹੀਂ ਹੋਣਾ। ਤੁਸੀਂ ਉੱਥੇ ਕਿਸੇ ਮੁਲਕ ਵਿੱਚ ਅਕਸਰੀਅਤ 'ਚ ਨਹੀਂ ਹੋ ਸਕਦੇ, ਉੱਥੋਂ ਦੇ ਕਾਨੂੰਨ ਉੱਥੋਂ ਦੀ ਸਰਕਾਰ ਹੀ ਬਣਾਏਗੀ, ਉਹਦੇ ਅਧੀਨ ਹੀ ਤੁਹਾਨੂੰ ਰਹਿ ਕੇ ਚੱਲਣਾ ਪਏਗਾ, ਉਹ ਜੋ ਮਰਜ਼ੀ ਤੁਹਾਡੇ ਕੋਲੋਂ ਕਰਵਾਉਣ ਤੁਹਾਨੂੰ ਕਰਨਾ ਪਏਗਾ। ਜੇ ਤੁਹਾਡਾ ਘਰ ਵਿੱਚ ਮਾਣ ਤਾਣ ਨਹੀਂ, ਜੇ ਤੁਹਾਡੀ ਘਰ ਵਿੱਚ ਅਕਸਰੀਅਤ ਨਹੀਂ, ਜੇ ਤੁਹਾਡੇ ਕੋਲ ਪੰਜਾਬ ਆਪਣਾ ਨਹੀਂ, ਤਾਂ ਤੁਹਾਡੀ ਸਭਿਅਤਾ ਕਿੱਥੇ ਜਾਏਗੀ, ਤੁਹਾਡੀ ਬੋਲੀ ਕਿੱਥੇ ਜਾਏ, ਤੁਹਾਡਾ ਇਤਿਹਾਸ ਕਿੱਥੇ ਜਾਏਗਾ। ਮੈਨੂੰ ਤਾਂ ਇਹ ਖਤਰਾ ਪਿਆ ਗੁਰਬਾਣੀ ਨੂੰ ਨਾ ਜੰਗ ਲੱਗ ਜਾਵੇ ਕਿਤੇ। ਬਾਹਰ ਰਹਿਣ ਵਾਲੇ ਭਰਾਓ ਸੋਚੋ, ਇੱਥੇ ਰਹਿਣ ਵਾਲੇ ਉਹ ਸੋਚੋ, ਪੰਜਾਬ ਬਚਦਾ ਕਰੋ, ਜੇ ਪੰਜਾਬ ਨਹੀਂ ਬਚੇਗਾ ਤਾਂ ਤਾਰੀਖ ਵਿੱਚ ਇਹ ਗੱਲ ਜ਼ਰੂਰ ਲਿਖੀ ਜਾਏਗੀ, ਇੱਕ ਬਹਾਦਰਾਂ ਦੀ ਕੌਮ ਸਿੱਖ ਕੌਮ ਹੁੰਦੀ ਸੀ ਕਦੇ, ਅਤੇ ਤੁਸੀਂ ਸਾਰੇ ਉਹ ਹੋ ਜਾਓਗੇ ਜੋ ਰਾਸ਼ਟਰੀ ਸਵੰਮ ਸੰਘ ਕਰਦਾ, ਜੋ ਭਾਜਪਾ ਕਰਦੀ ਆ, ਜੋ ਤੁਸੀਂ ਇਹ ਗੱਲ ਮਤ ਖਿਆਲ ਕਰਿਓ ਕਿ ਕਾਂਗਰਸ ਕੋਲ ਪ੍ਰੋਗਰਾਮ ਨਹੀਂ, ਕਾਂਗਰਸ ਦਾ ਪ੍ਰੋਗਰਾਮ ਮਿੰਨਾ ਹੈ, ਉਹ ਹੋਰ ਤਰ੍ਹਾਂ ਤੁਹਾਨੂੰ ਮਾਰਨਾ ਚਾਹੁੰਦੀ ਆ, ਉਹ ਸਿੱਧੇ ਮਾਰਨਾ ਚਾਹੁੰਦੇ, ਗੱਲ ਫਰਕ ਕੋਈ ਨਹੀਂ। ਤੁਹਾਡੀ ਆਪਣੀ ਯੂਨਿਟੀ, ਤੁਹਾਡਾ ਹੁਨਰ ਤੁਹਾਡੇ ਕੋਲ, ਤੁਹਾਡੇ ਡਾਕਟਰ ਇੰਜੀਨੀਅਰ ਜੇ ਪੰਜਾਬ ਨੂੰ ਨਹੀਂ ਉਠਾ ਸਕਦੇ ਬਣਾ ਸਕਦੇ, ਅਤੇ ਜੇ ਜਵਾਨੀ ਨੂੰ ਬਾਹਰ ਜਾਣੋ ਰੋਕੋਗੇ ਨਹੀਂ, ਯਕੀਨੀ ਤੌਰ 'ਤੇ ਅਸੀਂ ਖੁਆਰੀ ਦੇ ਮੂੰਹ ਆਏ ਹੋਏ ਹਾਂ। ਮੈਂ ਇੰਨੇ ਸ਼ਬਦਾਂ ਨਾਲ ਤੁਹਾਡਾ ਧੰਨਵਾਦ ਕਰਦਾ, ਇੱਕ ਹਲੂਣਾ ਦਿੰਦਾ ਕਿ ਇਹੋ ਜਿਹੀ ਮਿਸਾਲ ਹੋਰ ਕਾਇਮ ਕਰੋ, ਉਹਦੇ ਨਾਲ ਗਿਆਨ ਜੋੜੋ, ਔਰ ਗਿਆਨ ਜੋੜੇ ਬਿਨਾਂ
ਇੱਕ ਗੱਲ ਹੋਰ ਆਖਰੀ ਮੈਨੂੰ ਯਾਦ ਆ ਗਈ, ਜਜ਼ਬਾ ਅਜੇ ਵੀ ਪੰਜਾਬ ਕੋਲੇ ਬੇਪਰਵਾਹ ਹੈ ਮਰਨ ਲਈ, ਮਰ ਜੀਵੜੇ ਹੁਣ ਵੀ ਜੇ ਤੁਸੀਂ ਕਾਲ ਦਿਓ, ਬੁਲਾਵਾ ਦਿਓ, ਬਾਹਾਂ ਖੜੀਆਂ ਕਰਕੇ ਸਿਰ ਦੇ ਕੇ ਉੱਠਣ ਨੂੰ ਤਿਆਰ ਨੇ। ਪਰ ਅੱਜ ਤੱਕ ਇਸ ਸ਼ਕਤੀ ਨਾਲ, ਇਸ ਜਜ਼ਬੇ ਨਾਲ ਸੂਝ ਨੂੰ ਨਹੀਂ ਜੋੜਿਆ ਗਿਆ, ਬਿਲਕੁਲ ਨਹੀਂ ਜੋੜਿਆ ਗਿਆ। 6 ਦਿਨ ਪਹਿਲਾਂ ਹਰਿਮੰਦਰ ਸਾਹਿਬ ਦੇ ਹਮਲੇ ਤੋਂ ਮੈਂ ਸੰਤ ਪਿੰਡਰਾਂ ਵਾਲਿਆਂ ਨਾਲ ਲੜ ਕੇ ਉੱਠਿਆ ਆ। ਮੈਂ ਕਿਹਾ ਬਾਹਰ ਜਾ ਕੇ ਗ੍ਰਿਫਤਾਰੀ ਦੇ ਦਿਓ, ਇਹ ਟਕਰਾਓ ਨਾ ਕਰੋ। ਉਹ ਕਹਿੰਦੇ ਕਿ ਮੈਂ ਸਹੁੰ ਖਾ ਬੈਠਾ, ਚਾਹੇ ਮੈਂ ਕੁਛ ਹੋ ਜਾਵੇ ਮੈਂ ਸ਼ਹੀਦ ਹੋਵਾਂਗਾ, ਲੇਕਿਨ ਮੈਂ ਇਹ ਨਹੀਂ ਇਹਨੂੰ ਮੰਨਾਂਗਾ। ਮੈਂ ਕਿਹਾ ਗੁਰੂ ਗ੍ਰੰਥ ਸਾਹਿਬ ਅੱਗੇ ਸਹੁੰ ਖਾਧੀ ਆ, ਸੰਗਤੀ ਕੀ ਸੇ ਹੈ, ਉਹਨਾਂ ਤੋਂ ਮਾਫ਼ੀ ਮੰਗ ਕੇ ਗੁਜ਼ਾਰੋ। ਔਰ ਮੈਨੂੰ ਬੰਦਾ ਚੰਗਾ ਬੋਲਿਆ। ਮੈਂ ਕਿਹਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਹ ਹਸ਼ਰ ਤਾਰੀਖ ਵਿੱਚ ਜੋ ਆ ਗਿਆ, ਉਹਦੇ ਉੱਤੇ ਤੁਸੀਂ ਕਲਮ ਨਹੀਂ ਫੇਰ ਸਕਦੇ। ਤੁਹਾਨੂੰ ਜੋ ਤੁਹਾਡੇ ਕੋਲ ਜਿੰਨੀਆਂ ਸ਼ਹਾਦਤਾਂ ਨੇ, ਜੋ ਤੁਹਾਡੀ ਤਾਰੀਖ ਹੈ, ਜੋ ਗੁਰੂ ਤੁਹਾਡੇ ਲਈ ਕਰ ਗਿਆ, ਐਸੀ ਕਰਨੀ ਕਿਸੇ ਨੇ ਕੀਤੀ ਨਹੀਂ, ਕਿਸੇ ਪੈਗੰਬਰ ਨੇ। ਔਰ ਸਾਡੇ ਕੋਲੋਂ ਉਹ ਵਿਰਾਸਤ ਸੰਭਾਲੀ ਨਹੀਂ ਗਈ। ਔਰ ਇਹਦਾ ਮਤਲਬ ਇਹ ਹੈ ਕਿ ਸਾਡੀ ਝੋਲੀ 'ਚ ਜੋ ਦਾਨ ਪਾਇਆ ਗਿਆ, ਸਾਡੀ ਝੋਲੀ ਫਟ ਗਈ। ਜਿੰਨਾ ਚਿਰ ਪੋਲੀਟੀਕਲ ਸਾਇੰਸ ਤੁਹਾਡੇ ਦਿਮਾਗਾਂ 'ਚ ਨਹੀਂ ਆਉਂਦੀ, ਤੁਹਾਡੇ ਬਲ ਨੂੰ ਹਮੇਸ਼ਾ ਟ੍ਰੈਜਡੀ ਮਿਲੇਗੀ। ਅਣਜਾਣ ਬੰਦੇ ਨੂੰ ਟਰੱਕ ਦਾ ਡਰਾਈਵਰ ਬਣਾ ਦਿਓ, ਨਾਲ ਆਪ ਮਰੇਗਾ ਨਾਲੇ ਮਸ਼ੀਨਰੀ ਮਾਰੇਗਾ। ਸਾਡੇ ਬਲ ਨੇ, ਸਾਡੇ ਜਜ਼ਬੇ ਨੇ ਸਾਨੂੰ ਆਪਣੇ ਆਪ ਮਾਰਿਆ, ਇਸ ਕਰਕੇ ਕਿ ਸਾਡੇ ਕੋਲ ਪੋਲੀਟੀਕਲ ਸੂਝ ਨਹੀਂ ਸੀ। ਜੇ ਸੂਝ ਹੁੰਦੀ ਤੇ ਅਸੀਂ ਇਸ ਹਸ਼ਰ ਨੂੰ ਕਦੇ ਨਾ ਪਹੁੰਚਦੇ। 80% ਦੀ ਕੁਰਬਾਨੀਆਂ ਦੇ ਕੇ ਅੱਜ ਅਸੀਂ ਬੇਗਾਨੇ ਦੇਸ਼ਾਂ ਦੇ ਉੱਤੇ ਜਾ ਕੇ ਕਾਰੋਬਾਰ ਨਾ ਕਰਦੇ ਹੁੰਦੇ, ਅਸੀਂ ਆਪਣੇ ਦੇਸ਼ ਵਿੱਚ ਸਵੈਮਾਨ ਨਾਲ ਜੀ ਰਹੇ ਹੁੰਦੇ, ਅਣਖ ਨਾਲ ਜੀ ਰਹੇ ਹੁੰਦੇ, ਔਰ ਸਾਡੀ ਸਾਰੇ ਹਿੰਦੁਸਤਾਨ 'ਚ ਕਦਰ ਹੁੰਦੀ। ਸਾਡੀਆਂ ਕੁਰਬਾਨੀਆਂ ਦਾ ਫਲ ਇਹਨਾਂ ਨੇ ਇਹ ਪਾਇਆ ਕਿ ਇਸ ਕੌਮ ਨੂੰ ਖਤਮ ਕੀਤਾ ਜਾਵੇ। ਮੈਂ ਨਹੀਂ ਸਮਝਦਾ ਕੌਣ ਸਾਡਾ ਹਮਦਰਦ ਹੈ, ਕੌਣ ਆ। ਮੈਂ ਕਿਸੇ ਦਾ ਨਾਂ ਨਹੀਂ ਲੈਣਾ ਚਾਹੁੰਦਾ, ਮੇਰੇ ਕੋਲ ਬਹੁਤ ਕੁਛ ਪਿਆ। ਮੈਂ ਲਿਖਾਂਗਾ, ਲੇਕਿਨ ਜੋ ਗੁਰੂ ਤੁਹਾਨੂੰ ਦੇ ਗਿਆ, ਜੇ ਉਹਨਾਂ ਆਦਰਸ਼ਾਂ 'ਤੇ ਖੜ੍ਹੇ ਹੋ ਜਾਵੋ, ਤੁਹਾਨੂੰ ਕੋਈ ਨਹੀਂ ਮਾਰ ਸਕਦਾ ਜੀ, ਕੋਈ ਨਹੀਂ ਮਾਰ ਸਕਦਾ। ਜੇ ਉਹਨਾਂ ਦੇ ਆਦਰਸ਼ਾਂ 'ਤੇ ਖੜ੍ਹੇ ਹੋ ਜਾਓ, ਤਾਂ ਇਹ ਇੱਕ ਗੱਲ ਹੈ ਕਿ ਜੋ ਗੁਰੂ ਦੇ ਨਾਲ ਸੂਝ ਦਿੱਤੀ ਹੈ, ਗਿਆਨ ਦਿੱਤਾ, ਜੇ ਉਹਨੂੰ ਨਾਲ ਜੋੜ ਕੇ ਅਸੀਂ ਤੁਰਾਂਗੇ ਤਾਂ ਅਸੀਂ ਜਿਉਂਦੇ ਰਹਾਂਗੇ, ਅਸੀਂ ਹੋਰ ਵੀ ਬਹੁਤ ਵੱਡੇ ਵੱਡੇ ਕੰਮ ਕਰ ਸਕਾਂਗੇ, ਔਰ ਉਹਦੇ 'ਚ ਹਿੱਸਾ ਪਾ ਸਕਾਂਗੇ, ਪੰਜਾਬ ਨੂੰ ਸਰਸਬਜ਼ ਕਰ ਸਕਾਂਗੇ, ਖੁਸ਼ਹਾਲ ਕਰ ਸਕਾਂਗੇ। ਸਾਡੇ ਬੰਦੇ ਬਾਹਰ ਜਾਣਗੇ ਨਹੀਂ, ਬਾਹਰ ਜਾਣ ਦੀਆਂ ਨੌਕਰੀਆਂ ਨਹੀਂ ਕਰਨਗੇ, ਲੋਕ ਬਾਹਰੋਂ ਸਾਡੇ ਆ ਕੇ ਨੌਕਰੀਆਂ ਕਰਨਗੇ। ਇਹੋ ਜਿਹਾ ਅਸੀਂ ਆਪਣਾ ਦੇਸ਼ ਬਣਾ ਸਕਦੇ ਹਾਂ। ਲੇਕਿਨ ਇਸ ਤਰ੍ਹਾਂ ਦੀਆਂ ਮਿਸਾਲਾਂ ਹੋਰ ਗੱਡੀਆਂ ਜਾਣ, ਜਿਸ ਤਰ੍ਹਾਂ ਦੀ ਸਰਦਾਰ ਬੂਧ ਸਿੰਘ ਹੋਰਾਂ ਨੇ ਕੀਤੀ ਹੈ, ਮੈਂ ਇਹਨਾਂ ਦਾ ਇੰਨਾ ਸਤਿਕਾਰ ਕਰਦਾ, ਮਨ ਵਿੱਚ ਇੰਨਾ ਇਹਨਾਂ ਦੀ ਪ੍ਰੇਰਨਾ ਲਈ। ਔਰ ਮੈਂ ਚਾਹੁੰਦਾ ਮੈਂ ਇਹ ਗੱਲਾਂ ਲਿਖਾਂ, ਮੈਂ ਲਿਖੀਆਂ ਵੀ ਹੈ। ਮੈਂ ਖੂਨ ਕੇ ਸੋਲੇ ਗਾਵੀਆ ਨਾਨਕ ਕਿਤਾਬ ਲਿਖ ਚੁੱਕਿਆ, ਜਿਹੜੀ ਇਹਦੇ ਉੱਤੇ ਹਮਲਾ ਸੀ ਦਰਬਾਰ ਸਾਹਿਬ ਕੋਲ। ਹੋਰ ਬਥੇਰਾ ਕੁਛ ਹੈ, ਹੋਰ ਵੀ ਲਿਖਾਂਗਾ, ਭੱਜਾਂਗਾ ਨਹੀਂ, ਡਟਾਂਗਾ ਔਰ ਡਟਿਆ ਖਲੋਤਾ ਰਹਾਂਗਾ। ਜੇ ਇਹ ਗੁੜਤੀ ਇਸ ਸਟੇਜ ਤੋਂ ਤੁਹਾਡੇ ਸਿਰ ਵਿੱਚ ਆ ਪਵੇ, ਗਿਆਨ ਦੀ ਗੁੜਤੀ, ਗਿਆਨ ਦਾ ਚਾਨਣ ਆ ਜਾਵੇ, ਤੁਸੀਂ ਵੀ ਉੱਠੋਗੇ। ਲੇਕਿਨ ਅਸੀਂ ਸਾਰੇ ਦੇਸ਼ ਨਾਲ ਜੁੜੇ ਹੋਏ ਹਾਂ ਔਰ ਜੁੜੇ ਰਹਾਂਗੇ। ਇਹਨੂੰ ਅਸੀਂ ਤੋੜਨਾ ਨਹੀਂ ਚਾਹੁੰਦੇ, ਇਹਨੂੰ ਖੁਸ਼ਹਾਲ ਬਣਾਉਣਾ ਚਾਹੁੰਦੇ ਹਾਂ, ਪਰ ਅਸੀਂ ਵਿਤਕਰੇ ਮੁਤਾਬਕ ਨਹੀਂ ਚੱਲ, ਜਿਸ ਤਰ੍ਹਾਂ ਦਾ ਵਿਤਕਰਾ ਸਾਡੇ ਨਾਲ ਕੀਤਾ ਗਿਆ, ਕਰ ਰਹੇ ਹੈ, ਉਹਦੇ ਖਿਲਾਫ਼ ਅਸੀਂ ਕੁਝ ਵੀ ਕਰ ਸਕਦੇ ਹਾਂ ਔਰ ਸਾਨੂੰ ਕਰਨਾ ਚਾਹੀਦਾ, ਕਿਉਂਕਿ ਜਿਉਂਦੇ ਰਹਿਣ ਦਾ ਹੱਕ ਸਾਨੂੰ ਗੁਰੂ ਨੇ ਦਿੱਤਾ, ਉਹਨਾਂ ਦੀ ਬਖਸ਼ਿਸ਼ ਨਹੀਂ ਹੈ ਜਿਹੜੇ ਦਿੱਲੀ ਵਾਲੇ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।